ਪਿਛਲੇ ਸਾਲ ਚੀਨ ਨੇ ਲੈਬ ਵਿੱਚ ਆਰਟੀਫੀਸ਼ੀਅਲ ਸੂਰਜ ਬਣਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਉੱਥੇ ਹੁਣ ਅਮਰੀਕਾ ਨੇ ਵੀ ਅਜੀਹਾ ਹੀ ਕਾਰਨਾਮਾ ਕਰਕੇ ਦਿਖਾਇਆ ਅਮਰੀਕਾ ਨੇ ਪਹਿਲੀ ਵਾਰ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਕੈਲੀਫੋਰਨੀਆ ਦੇ ਵਿੱਚ ਲਾਰੈਂਸ ਲਿਵਰਮੋਰ ਨੈਸ਼ਨਲ ਲੈਬਾਰਟਰੀ ਦੀ ਨੈਸ਼ਨਲ ਇਗਨੀਸ਼ਨ ਫੈਸਿਲਿਟੀ ਦੇ ਅਮਰੀਕੀ ਵਿਗਿਆਨੀ ਨੇ ਇਹ ਕਾਰਨਾਮਾ ਕੀਤਾ ਜਿਸ ਦੇ ਨਤੀਜੇ ਵਜੋਂ ਸ਼ੁੱਧ ਊਰਜਾ ਪੈਦਾ ਹੋਈ ਹੈ ਵਿਗਿਆਨੀਆਂ ਨੇ ਸੂਰਜ ਵਰਗੀ ਸ਼ਕਤੀ ਦੇਣ ਵਾਲੀ ਊਰਜਾ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਇਸ ਨੂੰ ਨਕਲੀ ਸੂਰਜ ਕਿਹਾ ਜਾਂਦਾ ਹੈ ਇਸ ਆਪਰੇਸ਼ਨ ਵਿੱਚ ਸ਼ਾਮਲ ਇੱਕ ਵਿਗਿਆਨੀ ਨੇ ਸੀਐਨਐਨ ਨੂੰ ਪਰਮਾਣੂ ਫਿਊਜ਼ਨ ਦੀ ਸਫਲਤਾ ਦੀ ਪੁਸ਼ਟੀ ਕੀਤੀ ਮੰਨਿਆ ਜਾ ਰਿਹਾ ਕਿ ਅਮਰੀਕਾ ਊਰਜਾ ਵਿਭਾਗ ਮੰਗਲਵਾਰ ਜਾਨੀ ਅਧਿਕਾਰਤ ਤੌਰ ਤੇ ਆਪਣੀ ਸਫਲਤਾ ਦਾ ਐਲਾਨ ਕਰ ਸਕਦਾ ਹੈ ਐਤਵਾਰ ਨੂੰ ਵਿਭਾਗ ਨੇ ਕਿਹਾ ਕਿ ਯੂਐਸ ਊਰਜਾ ਸਖਤਰ ਜੈਨੀਫਰ ਗ੍ਰੈਂਡ ਹੋ ਮੰਗਲਵਾਰ ਨੂੰ ਇੱਕ ਵੱਡੀ ਵਿਗਿਆਨਕ ਸਫਲਤਾ ਦਾ ਐਲਾਨ ਕਰਨਗੇ ਇਸ ਦੀ ਸਫਲਤਾ ਜੈਵਿਕ ਵਾਲਣ ਤੇ ਮਨੁੱਖੀ ਨਿਰਪਰਤਾ ਨੂੰ ਖਤਮ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਮੌਜੂਦਾ ਸਮੇਂ ਵਿੱਚ ਪਰਮਾਣੂ ਰੈਕਟਰਾਂ ਤੋਂ ਜੋ ਊਰਜਾ ਪੈਦਾ ਹੁੰਦੀ ਹੈ ਅਤੇ ਜਿਸ ਦੀ ਵਰਤੋਂ ਦੁਨੀਆ 'ਚ ਬਿਜਲੀ ਉਤਪਾਦਨ ਦੇ ਨਾਲ ਨਾਲ ਵੱਖ-ਵੱਖ ਊਰਜਾ ਲੋੜਾਂ ਦੇ ਕੀਤੀ ਜਾਂਦੀ ਹੈ ਸਮੱਸਿਆ ਇਹ ਹੈ ਕਿ ਉਸ ਵਿੱਚ ਪਰਮਾਣੂ ਰਹਿੰਦ-ਖੂੰਦ ਵੀ ਪੈਦਾ ਹੁੰਦੀ ਹੈ ਜਿਸ ਨੂੰ ਖਤਮ ਕਰਨਾ ਮੁਸ਼ਕਲ ਹੈ ਪਰ ਨਿਊਕਲੀਅਰ ਫਿਊਜ਼ਨ ਰਾਹੀਂ ਮੁੱਖ ਤੌਰ ਤੇ ਡਿਊਟੀਰੀਅਮ ਅਤੇ ਟ੍ਰਿਟੀਅਮ ਤੱਤ ਵਰਤੇ ਜਾਂਦੇ ਨੇ ਅਤੇ ਦੋਵੇਂ ਹਾਈਡਰੋਜਨ ਅਤੇ ਆਈਸੋਟੋਪ ਨੇ ਜਿਸ ਕਾਰਨ ਇਸ ਵਿੱਚ ਕਿਸੇ ਕਿਸਮ ਦਾ ਕੂੜਾ ਕਰਕਟ ਪੈਦਾ ਨਹੀਂ ਹੁੰਦਾ ਸਧਾਰਨ ਸ਼ਬਦਾਂ ਵਿੱਚ ਨਿਊਕਲੀਅਰ ਫਿਊਜ਼ਨ ਉਹ ਪ੍ਰਕਿਰਿਆ ਹੈ ਜਿੱਥੇ ਦੋ ਜਾਂ ਦੋ ਤੋਂ ਵੱਧ ਪਰਮਾਣੂ ਇਕੱਠੇ ਹੋ ਕੇ ਇੱਕ ਪਰਮਾਣੂ ਬਣਾਉਂਦੇ ਨੇ ਇਹ ਪ੍ਰਕਿਰਿਆ ਵਿੱਚ ਵੱਡੀ ਮਾਤਰਾ ਚੂਰਜਾ ਛੱਡੀ ਜਾਂਦੀ ਹੈ ਸੂਰਜ ਦੀ ਇਸ ਸਭ ਤੋਂ ਵੱਡੀ ਉਦਾਹਰਣ ਹੈ ਇਸ ਤੋਂ ਪੈਦਾ ਹੋਣ ਵਾਲੀ ਊਰਜਾ ਬਹੁਤ ਵੱਡੀ ਹੁੰਦੀ ਹੈ ਜੇਕਰ ਇਸ ਊਰਜਾ ਨੂੰ ਕੰਟਰੋਲ ਕੀਤਾ ਜਾ ਸਕੇ ਤਾਂ ਮਨੁੱਖਤਾ ਨੂੰ ਭਰਪੂਰ ਮਾਤਰਾ 'ਚ ਸਥਾਈ ਸਰੋਤ ਮਿਲ ਸਕਦਾ ਹੈ ਇਸ ਦੇ ਨਾਲ ਹੀ ਚਾਈਨਾ ਅਤੇ ਅਮਰੀਕਾ ਦੀਆਂ ਲੈਬਾਂ ਨੇ ਇਸ ਵਿੱਚ ਸਫਲਤਾ ਹਾਸਲ ਕਰ ਲਈ ਹੈ ਟੈਕਨੋਲੋਜੀ ਦੇ ਮਾਮਲੇ ਵਿੱਚ ਚਾਈਨਾ ਨੇ ਅਮਰੀਕਾ ਰੂਸ ਅਤੇ ਜਾਪਾਨ ਵਰਗੇ ਦੇਸ਼ਾਂ ਨੂੰ ਛੱਡ ਕੇ ਪਹਿਲਾ ਆਰਟੀਫੀਸ਼ੀਅਲ ਸੂਰਜ ਬਣਾ ਕੇ ਦੁਨੀਆ 'ਚ ਦੂਜੇ ਸੂਰਜ ਦੇ ਹੋਣ ਦੇ ਦਾਅਵੇ ਨੂੰ ਸੱਚ ਕਰ ਦਿੱਤਾ ਸੀ। ਇਹ ਪ੍ਰਯੋਗ ਚੀਨ ਦੇ ਅਨਹួយ ਸੂਬੇ ਦੀ ਰਾਜਧਾਨੀ ਹੇਫੂ ਵਿੱਚ ਕੀਤਾ ਗਿਆ ਸੀ। ਐਨਾ ਹੀ ਨਹੀਂ ਚੀਨ ਦੇ ਇਸ ਨਕਲੀ ਸੂਰਜ ਨੇ ਬਾਅਦ ਵਿੱਚ ਵਿਸ਼ਵ ਰਿਕਾਰਡ ਬਣਾਇਆ। ਚੀਨ ਦੇ ਇਸ ਨਿਊਕਲੀਅਰ ਫਿਊਜ਼ਨ ਰੈਕਟਰ ਨੇ 1056 ਸੈਕਿੰਡ ਯਾਨੀ ਕਿ ਕਰੀਬ 17 ਮਿੰਟ ਲਈ 7 ਕਰੋੜ ਡਿਗਰੀ ਸੈਲਸੀਅਸ ਊਰਜਾ ਘੱਟੀ ਸੀ।